लाइट चेंज हो रही है। जगी लाइट ते ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। 5:24 ਹੋ ਗਏ ਆ ਅਤੇ ਵੈਲਕਮ ਟੂ ਬੈਕ ਮਾਈ ਚੈਨਲ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਮੈਂ ਵੀ ਪੂਰਾ ਵਧੀਆ। ਅਤੇ ਪਹਿਲਾਂ ਅੱਜ ਤੋਂ ਪਹਿਲਾਂ ਬਾਲਟੀ ਨਾ ਕੱਢਣਾ ਇਹਦੇ ਚੋਂ ਪਾਣੀ। ਅੱਜ 3 ਦਿਨ ਹੋ ਗਏ ਆ ਠੰਡ ਪੂਰੀ ਬਣੀ ਹੋਈ ਹੈ ਅਤੇ ਹਵਾ ਨਾ ਹਰ ਰੋਜ਼ ਇਸ ਸਾਈਡ ਤੋਂ ਇੱਧਰ ਨੂੰ ਚੱਲ ਰਹੀ ਹੈ ਪੂਰੀ ਠੰਡੀ, ਜਿਹਦੇ ਕਰਕੇ ਠੰਡ ਜ਼ਿਆਦਾ ਲੱਗਦੀ ਆ। ਅਤੇ ਟਾਈਮ ਹੋ ਗਿਆ ਹੁਣ 7:37 ਹੋ ਗਏ ਅਤੇ ਆਪਣਾ ਵੀ ਹਰ ਰੋਜ਼ ਦੀ ਤਰ੍ਹਾਂ ਹੁਣ ਕੰਮ 'ਤੇ ਜਾਣ ਦੀ ਤਿਆਰੀ ਕਰਦੇ ਹਾਂ। ਅਤੇ ਇੱਧਰ ਰੋਟੀ ਬਣ ਰਹੀ ਹੈ, ਆ ਗਿੱਲੀ ਲੱਕੜ ਬਹੁਤ ਵਧੀਆ ਬਲ ਰਹੀ ਹੈ ਨਾ। ਸੁੱਕ ਕੇ ਨਹੀਂ ਬਲਣਾ ਹੁੰਦਾ। ਅੱਛਾ, ਵਿੱਚ ਸੁੱਕ ਜਾਂਦੀ ਤਾਂ ਫਿਰ ਬਲਦੀ। ਕਿੰਨੀ ਤੇਜ਼ ਅੱਗ ਆ ਪੂਰੀ, ਅੱਜ ਤਾਂ ਬਹੁਤ ਛੇਤੀ ਪੱਕਣਗੀਆਂ ਰੋਟੀਆਂ, ਹੈ ਨਾ। ਅਤੇ ਪਰਨੀਤ ਨੇ ਉੱਠ ਕੇ ਚਾਹ ਪੀ ਲਈ ਅਤੇ ਹੁਣ ਐਂ ਕਰੀ, ਪਾਪਾ ਪਾਪਾ ਦੱਸੋ ਕੀ ਬੋਲ, ਦੱਸ ਕੀ ਕਹਿਣਾ। ਤੂੰ ਹਾਲੇ ਤੱਕ ਵੀ ਅੰਦਰ ਜਾਂਦਾ, ਇੱਕ ਪਾਸਾ ਉੱਪਰ ਕਰਦਾ ਪੱਲੀ ਦਾ, ਫਿਰ ਵੀ ਅੰਦਰ ਜਾਂਦਾ ਤੂੰ। ਹਾਂ ਇੱਥੋਂ ਇੱਥੇ ਤਾਂ ਰਹਿਣਾ ਹੀ ਰਹਿਣਾ, ਉਹ ਅੱਗੇ ਦੂਸਰੇ ਅੱਗੇ ਕਮਰੇ 'ਚ ਵੀ ਚਲਾ ਜਾਂਦਾ। ਚਲੋ ਮੈਂ ਕਰਦਾ ਹੁਣ ਤਿਆਰੀ। ਸਤਿ ਸ਼੍ਰੀ ਅਕਾਲ ਜੋਤੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇੱਥੇ ਬੈਠ ਕੇ ਅੱਛਾ ਪਾਣੀ ਭਰਨਾ। ਸਾਰੀ ਤਿਆਰੀ ਹੋ ਗਈ, ਹੁਣ ਭਰ ਕੇ ਪਾਣੀ ਅਤੇ ਫਿਰ ਚੱਲਦੇ ਹਾਂ ਕੰਮ 'ਤੇ। ਟਾਈਮ ਵੀ ਹੋ ਚੁੱਕਿਆ,